ਪੰਜਾਬ ਦੇ ਨੰਬਰ 1 ਮਨੋਰੰਜਨ ਪੋਰਟਲ ਨੇ ਕੇਵਲ 6 ਮਹੀਨਿਆਂ ਵਿੱਚ ਹੀ ਇੰਟਰਨੈਟ 'ਤੇ ਤੂਫਾਨ ਲਿਆ ਦਿੱਤਾ। ਆਨਲਾਈਨ ਮੀਡੀਆ ਟ੍ਰੈਂਡਿੰਗ ਖਬਰਾਂ ਅਤੇ ਗਿਆਨ ਵਾਲੀਆਂ ਖਬਰਾਂ ਦੇ ਨਾਲ ਤਹਿਲਕਾ ਮਚਾਉਣ ਤੋਂ ਬਾਅਦ ਗੱਭਰੂ ਕੌਮ ਲੈ ਕੇ ਆਏ ਹਨ ਸਿਤਾਰਿਆਂ ਨਾਲ ਸਜਿਆ ਸ਼ੋਅ ਗੱਭਰੂ ਨੇਸ਼ਨ, ਜਿਸ ਨੂੰ ਬੀਤੀ ਸ਼ਾਮ ਚੰਡੀਗੜ੍ਹ ਦੇ VR ਪੰਜਾਬ ਵਿਖੇ ਕਰਵਾਇਆ ਗਿਆ। ਤਰਸੇਮ ਜੱਸੜ ਅਤੇ ਕੁਲਬੀਰ ਝਿੰਜਰ ਗੱਭਰੂ ਨੇਸ਼ਨ ਸ਼ੋਅ ਦਾ ਮੁੱਖ ਆਕਰਸ਼ਣ ਰਹੇ। ਤਰਸੇਮ ਜੱਸੜ ਨੇ 3 ਨਵੰਬਰ ਨੂੰ ਆਪਣੀ ਆਉਣ ਵਾਲੀ ਫਿਲਮ ਸਰਦਾਰ ਮੁਹੰਮਦ ਦੇ ਗੀਤਾਂ 'ਤੇ ਸ਼ਾਨਦਾਰ ਪੇਸ਼ਕਸ਼ ਵੀ ਦਿੱਤੀ। ਕੁਲਬੀਰ ਝਿੰਜਰ ਦੀ ਮਨਮੋਹਕ ਆਵਾਜ਼ ਨੇ ਸ਼ਾਮ ਨੂੰ ਹੋਰ ਵਧੀਆ ਬਣਾ ਦਿੱਤਾ। ਸ਼ੋਅ ਦੀ ਸ਼ੁਰੂਆਤ ਹੋਈ ਹਰਜੋਤ ਦੀ ਸ਼ਾਨਦਾਰ ਪਰਫਾਰਮੈਂਸ ਦੇ ਨਾਲ। ਉੱਭਰਦੇ ਪੰਜਾਬੀ ਗਾਇਕ ਰੋਮੀਓ, ਹਰਦੀਪ ਗਰੇਵਾਲ ਅਤੇ ਰਿਕੋ ਦੀ ਪਰਫਾਰਮੈਂਸ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਜਸ ਬਾਜਵਾ ਦੀ ਹਾਈ ਵੋਲਟੇਜ ਪਰਫਾਰਮੈਂਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਗੱਭਰੂ ਕੌਮ ਦੇ ਸਿਤਾਰੇ ਵੈਬੀ ਅਤੇ ਹੈਪੀ ਸਿੰਘ ਨੇ ਸ਼ਾਮ ਦਾ ਸੰਚਾਲਨ ਕੀਤਾ ਅਤੇ ਆਪਣੇ ਹਾਸੇ ਭਰੇ ਐਕਟ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਗੱਭਰੂ ਕੌਮ ਦੇ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਮਹੰਤ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਗੱਭਰੂ ਕੌਮ ਦੇ ਉੱਭਰਦੇ ਟੈਲੈਂਟ ਨੇ ਵੱਡੇ ਸਿਤਾਰਿਆਂ ਨਾਲ ਸਟੇਜ ਸ਼ੇਅਰ ਕੀਤਾ ਅਤੇ ਖੂਬਸੂਰਤ ਰੰਗ ਬਿਖਾਰੇ। ਇਸ ਦੇ ਨਾਲ ਹੀ ਉਹਨਾਂ ਨੇ ਦਰਸ਼ਕਾਂ ਅਤੇ ਪਹੁੰਚੇ ਹੋਏ ਬਾਲੀਵੁੱਡ ਸਿਤਾਰਿਆਂ ਦਾ ਦਿਲੋਂ ਧੰਨਵਾਦ ਵੀ ਕੀਤਾ। ਸਪੋਕਸਮੈਨ TV ਦੇ ਲਈ ਚੰਡੀਗੜ੍ਹ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ।